ਪਿਛਲੇ ਦਿਨੀ ਕਪੂਰਥਲਾ ਜ਼ਿਲ੍ਹੇ ਦੇ ਪੁਲੱਥ ਹਲਕੇ ਦੇ ਪਿੰਡ ਭਗਵਾਨਪੁਰ ਦੇ ਗੁਰੂ ਘਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ ਉਸ ਨੂੰ ਲੈ ਕੇ ਹੈਰਾਨੀਜਨਕ ਤੱਥ ਸਾਹਮਣੇ ਆਏ ਨੇ ਗੁਰੂ ਘਰ ਚ ਬੇਅਦਬੀ ਦੇ ਪਛਤਾਪ ਵਜੋਂ ਜਦੋਂ ਕੱਲ ਪਿੰਡ ਦੀ ਸੰਗਤ ਵੱਲੋਂ ਸ਼੍ਰੀ ਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਸਨ ਤਾਂ ਉਸ ਮੌਕੇ ਦੋ ਸ਼ੱਕੀ ਵਿਅਕਤੀਆਂ ਨੂੰ ਫੜਿਆ ਗਿਆ ਪਿੰਡ ਵਾਸੀਆਂ ਨੇ ਖੁਲਾਸਾ ਕੀਤਾ ਕਿਪੋਗ ਸਮਾਗਮ ਦੌਰਾਨ ਦੋਨੇ ਵਿਅਕਤੀ ਸੰਗਤ ਵਿੱਚ ਸ਼ਾਮਲ ਹੋਏ ਤੇ ਸ਼ੱਕੀ ਹਰਕਤਾਂ ਕਰ ਰਹੇ ਸਨ ਉਹਨਾਂ ਦੀਆਂ ਹਰਕਤਾਂ ਨੂੰ ਦੇਖਦਿਆਂ ਹੋਇਆਂ ਦੋਵਾਂ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਕੋਲੋਂ ਸਟੇਨ ਗਨ ਬਰਾਮਦ ਹੋਈ ਥੈਲੇ ਵਿੱਚੋਂ ਇੱਕ ਸਰਿੰਜ ਤੇ ਖਸ ਖਸ ਵੀ ਮਿਲੀ ਬਾਅਦ ਵਿੱਚ ਪਿੰਡ ਵਾਸੀਆਂ ਨੇ ਦੋਵਾਂ ਨੂੰ ਪੁਲਤਥ ਪੁਲਿਸ ਦੇ ਹਵਾਲੇ ਕਰ ਦਿੱਤਾ ਲੋਕਾਂ ਮੁਤਾਬਕ ਸ਼ੱਕੀ ਵਿਅਕਤੀਆਂ ਨੇ ਦਾਵਾ ਕੀਤਾ ਕਿ ਉਹ ਗ੍ਰੰਥੀ ਸਿੰਘ ਨੂੰ ਜਾਣਦੇ ਹਨ ਜਿਸ ਕਾਰਨ ਗ੍ਰੰਥੀ ਸਿੰਘ ਤੇ ਵੀ ਸ਼ੱਕ ਦੀ ਸੂਈ ਘੁੰਮਣ ਲੱਗੀ ਹੈ ਥਾਣਾ ਮੁਖੀ ਪੁਲਤ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁੱਛ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਦੋਵੇਂ ਵਿਅਕਤੀ ਪੁਲਿਸ ਮੁਲਾਜ਼ਮ ਨੇ ਘਟਨਾ ਸੰਬੰਧੀ ਸੂਚਨਾ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਅਗਲੀ ਵਿਭਾਗੀ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਜਾਊਗੀ ਤੇ ਪਿੰਡ ਵਾਸੀਆਂ ਦੇ ਮਨਾਂ ਦੇ ਵਿੱਚ ਕਈ ਸਵਾਲ ਉੱਠ ਰਹੇ ਨੇ ਜਿਹੜੇ ਹਾਲੇ ਤੱਕ ਪੁਲਿਸ ਸੁਲਝਾਉਣ ਦੇ ਵਿੱਚ ਨਾਕਾਮ ਰਹੀ ਹੈ ਪਿੰਡ ਵਾਸੀ ਪੁੱਛ ਰਹੇ ਨੇ ਕਿ ਪੁਲਿਸ ਮੁਲਾਜ਼ਮ ਆਪਣੀ ਵਰਦੀ ਦੇ ਵਿੱਚ ਨਾ ਹੋ ਕੇ ਸਿਵਲ ਵਰਦੀ ਦੇ ਵਿੱਚ ਕਿਉਂ ਆਏ ਭਗਵਾਨਪੁਰ ਦੇ ਗੁਰਦੁਆਰੇ ਦੇ ਵਿੱਚ ਹਥਿਆਰਾਂ ਸਣੇ ਕੀ ਕਰਨ ਗਏ ਸਨ ਇਹਨਾਂ ਦੇ ਕੋਲੋਂ ਸਿਰਿੰਜ ਤੇ ਖਸਖਸ ਕਿਉਂ ਮਿਲੀ ਇਹ ਜਾਂਚ ਦਾ ਵਿਸ਼ਾ ਹੈ ਜਾਂਚ ਹੋਣੀ ਚਾਹੀਦੀ ਹੈ ਉੱਚ ਪੱਧਰੀ ਤਫ਼ਤੀਸ਼ ਦੀ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਮਹਾਰਾਸ਼ਟਰ ਦੇ ਬਦਲਾਪੁਰ ਦੇ ਵਿੱਚ ਨਿੱਕੀਆਂ ਬੱਚੀਆਂ ਦੇ ਨਾਲ ਹੋਏ ਜਨਸੀ ਸੋਸ਼ਣ ਦੇ ਮਾਮਲੇ ਨਾਲ ਜੁੜੀ ਤਾਜ਼ਾ ਖਬਰ ਇਹ ਹੈ ਕਿ ਅੱਜ ਮਹਾਰਾਸ਼ਟਰ ਦੇ ਵਿੱਚ ਬੰਦ ਨਹੀਂ ਹੈ ਮਹਾਵਿਕਾਸਾ ਗਾੜੀ ਨੇ 24 ਅਗਸਤ ਯਾਨੀ ਕਿ ਅੱਜ ਬੁਲਾਏ ਬੰਦ ਤੇ ਬੰਬੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਰੋਕ ਲਾ ਦਿੱਤੀ ਹੈ ਹਾਈ ਕੋਰਟ ਦੇ ਜਸਟਿਸ ਡੀਕੇ ਉਪਾਧਿਆਏ ਤੇ ਅਮਿਤ ਬੋਰਕਰ ਦੇ ਬੈਂਚ ਨੇ ਦੋ ਜਨਹਿਤ ਪਟੀਸ਼ਨਾਂ ਤੇ ਸੁਣਵਾਈ ਕਰਦਿਆਂ ਕਿਹਾ ਕਿ 24 ਅਗਸਤ ਤੋਂ ਇਲਾਵਾ ਅੱਗੇ ਵੀ ਕਿਸੇ ਸਿਆਸੀ ਪਾਰਟੀ ਜਾਂ ਵਿਅਕਤੀ ਨੂੰ ਬੰਦ ਬੁਲਾਉਣ ਜਾਂ ਫਿਰ ਬੰਦ ਰੱਖਣ ਦੀ ਇਜਾਜ਼ਤ ਨਹੀਂ ਹੈ ਅਦਾਲਤ ਨੇ ਸਰਕਾਰ ਨੂੰ ਹੁਕਮ ਦਿੱਤਾ ਕਿ ਜੇ ਕੋਈ ਬੰਦ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਤੋਂ ਬਾਅਦ ਮਹਾਵਿਕਾਸ ਅਗਾੜੀ ਨੇ ਅੱਜ ਬੁਲਾਇਆ ਬੰਦ ਦਾ ਦਾਵਾ ਵਾਪਸ ਲੈ ਲਿਆ ਕੋਰਟ ਦੇ ਫੈਸਲੇ ਤੋਂ ਬਾਅਦ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਚੈਲੰਜ ਕਰਨ ਦਾ ਸਮਾਂ ਨਹੀਂ ਹੈ ਜਿਸ ਵਿੱਚ ਕੋਰਟ ਦਾ ਸਨਮਾਨ ਕਰਦੇ ਹੋਏ ਕਹਿੰਦੇ ਮੈਂ ਸਾਰੇ ਲੋਕਾਂ ਨੂੰ ਬੰਦ ਵਾਪਸ ਲੈਣ ਦੀ ਅਪੀਲ ਕਰਦਾ ਹਾਂ ਬਦਲਾਪੁਰ ਦੇ ਆਦਰਸ਼ ਸਕੂਲ ਦੇ ਵਿੱਚ 12 ਤੇ 13 ਅਗਸਤ ਨੂੰ 23 ਸਾਲ ਦੇ ਸਫਾਈ ਕਰਮਚਾਰੀ ਅਕਸ਼ੇ ਸ਼ਿੰਦੇ ਨੇ ਕਿੰਡਰ ਗਾਰਡਨ ਦੇ ਵਿੱਚ ਪੜਨ ਵਾਲੀਆਂ 3 ਤੇ 4 ਸਾਲ ਦੀਆਂ ਦੋ ਬੱਚੀਆਂ ਦਾ ਏਜੰਸੀ ਸੋਸ਼ਣ ਕੀਤਾ ਸੀ ਤੇ ਅਦਾਲਤ ਨੇ 1 ਅਗਸਤ ਨੂੰ ਇਸ ਮਾਮਲੇ ਦਾ ਸਿਊ ਮੋਟੋ ਨੋਟਿਸ ਲੈਂਦਿਆਂ ਸੁਣਵਾਈ ਸ਼ੁਰੂ ਕੀਤੀ ਸੀ। ਨੇਪਾਲ ਦੀ ਨਦੀ ਵਿੱਚ ਡਿੱਗਣ ਵਾਲੀ ਯੂਪੀ ਦੀ ਬੱਸ ਵਿੱਚ ਸਵਾਰ ਜਾਣਾ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਗਈ ਹੈ। ਹਾਦਸੇ ਵਿੱਚ ਹੁਣ ਤੱਕ 27 ਜਣਿਆਂ ਦੀ ਜਾਨ ਜਾ ਚੁੱਕੀ ਹੈ 10 ਜ਼ਖਮੀ ਹਨ ਅਤੇ ਗਿਣਤੀ ਹੋਰ ਵਧਣ ਦਾ ਖਤਰਾ ਹੈ বাস ਵਿੱਚ 40 ਤੋਂ ਵੱਧ ਯਾਤਰੀ ਸਵਾਰ ਸਨ ਨੇਪਾਲ ਦੇ ਪੋਖਰਾ ਤੋਂ ਇਹ বাস ਕਾਠਮੰਡੂ ਨੂੰ ਜਾ ਰਹੀ ਸੀ ਤਨਹੁੰਨ ਜ਼ਿਲ੍ਹੇ ਦੇ ਆਇਨਾ ਪਹਾੜਾ ਦੇ ਵਿੱਚ ਸਵੇਰੇ 11:30 ਵਜੇ ਹਾਈਵੇ ਤੋਂ ਲਗਭਗ 500 ਫੁੱਟ ਥੱਲੇ ਇਹ ਨਦੀ ਦੇ ਵਿੱਚ ਡਿੱਗ ਪਈ ਤੇ ਵੱਡਾ ਹਾਦਸਾ ਵਾਪਰ ਗਿਆ বাস ਵਿੱਚ ਸਵਾਰ ਯਾਤਰੀ ਮਹਾਰਾਸ਼ਟਰ ਵਿੱਚ ਪੁਸਹਾਵਲ ਦੇ ਰਹਿਣ ਵਾਲੇ ਸਨ ਸਾਰੇ ਨੇਪਾਲ ਘੁੰਮਣ ਗਏ ਸਨ ਗੋਪਾਲ ਦੇ ਡੀਐਮ ਕ੍ਰਿਸ਼ਨਾਕਰੁਨੇਸ਼ ਨੇ ਦੱਸਿਆ ਹੈ ਕਿ ਹਾਦਸੇ ਦਾ ਸ਼ਿਕਾਰ ਹੋਈ বাস ਗੋਰਖਪੁਰ ਦੇ ਕੇਸਰਵਾਨੀ ਟੂਰਲੈਂਡ ਟਰੈਵਲ ਏਜੰਸੀ ਦੀ ਹੈ ਤੇ ਮਹਾਰਾਸ਼ਟਰ ਤੋਂ ਕਰੀਬ 4 ਮਹੀਨੇ ਪਹਿਲਾਂ ਕੇਸਰਵਾਨੀ ਟਰੈਵਲਸ ਦੀਆਂ 3 ਬੱਸਾਂ ਦੀ ਨੇਪਾਲ ਜਾਣ ਲਈ ਬੁਕਿੰਗ ਹੋਈ ਸੀ ਤੇ ਤਿੰਨੇ ਬੱਸਾਂ 20 ਅਗਸਤ ਨੂੰ ਨੇਪਾਲ ਪਹੁੰਚੀਆਂ ਸਨ ਦੱਸਦੇ ਨੇ ਨਾ ਸਾਰਿਆਂ ਨੇ ਨੇਪਾਲ ਵਿੱਚ ਵੱਖ-ਵੱਖ ਥਾਵਾਂ ਤੇ ਘੁੰਮਣਾ ਸੀ ਪਰ ਇੱਕ ਬੱਸ ਦੇ ਯਾਤਰੀ ਰਾਹ ਦੇ ਵਿੱਚ ਹੀ ਮੁੱਕ ਗਏ